ਕਾਫੀ ਸਹੀ ਸਟੰਟ ਵੀ ਕਰ ਲੈਂਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲਓ ਜੀ ਸਵਾਗਤ ਹੈ ਜੀ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਮੌਕੇ ਦੇ ਸੀਨ ਇੱਦਾਂ ਹੈ ਕਿ ਲਾਸਟ ਵੀਡੀਓ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਕਿ ਕੀ ਸੀਨ ਹੈ, ਕਿ ਆਹ ਤਿੰਨ ਟਰੈਕਟਰ ਆਪਾਂ ਜਲਦੀ ਤੋਂ ਜਲਦੀ ਤਿਆਰ ਕਰਨੇ ਨੇ। ਤੇ ਆਹ ਟਰੈਕਟਰ 'ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਹੋ ਸਕਿਆ ਤਾਂ ਅੱਜ ਹੀ ਕੁਰੀਅਰ ਕਰਾਂ ਵਾਂ, ਪਰ ਕੋਸ਼ਿਸ਼ ਕਰਾਂਗਾ, ਕਨਫਰਮ ਨਹੀਂ ਕਹਿੰਦਾ ਕਿਉਂਕਿ ਮੌਕੇ 'ਤੇ 12 ਵੱਜਣ ਵਾਲੇ ਨੇ। ਅਤੇ ਜੇ 2-3 ਵਜੇ ਤੋਂ ਪਹਿਲਾਂ ਤਿਆਰ ਹੋ ਜੇ ਤਾਂ ਹੀ ਕੁਰੀਅਰ ਕਰਨ ਦਾ ਫਾਇਦਾ, ਕਿਉਂਕਿ ਕੁਰੀਅਰ ਵਾਲੀ ਜਿਹੜੀ ਗੱਡੀ ਆ ਨਾ ਉਹ 3-4 ਵਜੇ ਤੁਰ ਜਾਂਦੀ ਹੈ, ਜੇ ਉਸ ਤੋਂ ਜ਼ਿਆਦਾ ਲੇਟ ਹੋ ਗਏ ਫਿਰ ਕੱਲ੍ਹ ਹੀ ਜਾਊਗਾ। ਚਲੋ ਮੈਂ ਕੋਸ਼ਿਸ਼ ਕਰਦਾ ਵਾਂ। ਵੈਸੇ ਤਾਂ ਟਰੈਕਟਰ 'ਚ ਜ਼ਿਆਦਾ ਕੋਈ ਕੰਮ ਰਿਹਾ ਨਹੀਂ ਕਰਨ ਵਾਲਾ, ਆਲਮੋਸਟ ਟਰੈਕਟਰ ਡਨ ਹੈ, ਠੀਕ ਹੈ, ਮਡਗਾਰਡ ਰਹਿ ਗਏ ਨੇ ਅਤੇ ਉਸ ਤੋਂ ਇਲਾਵਾ ਰਹਿ ਗਿਆ ਰਿਮੋਟ। ਅਤੇ ਰਿਮੋਟ ਦੀ ਫਿਟਿੰਗ ਆਪਾਂ ਕਰ ਦਿੰਦੇ ਹਾਂ, ਨਵਾਂ ਰਿਮੋਟ, ਠੀਕ ਹੈ, ਉਸ ਦੇ ਨਾਲ ਮਡਗਾਰਡ ਉਹ ਟੰਗੇ ਪੈਣੇ, ਮਡਗਾਰਡ ਲਾਉਣੇ ਆ। ਮਿਊਜ਼ਿਕ ਸਿਸਟਮ ਵੀ ਆਲਮੋਸਟ ਰੈਡੀ ਆ ਇਹਦਾ, ਇੱਥੇ ਪ੍ਰਿੰਟ ਕਰਨ ਲਾਇਆ ਹੋਇਆ ਇੱਕ ਐਕਸਟਰਾ, ਕਿਉਂਕਿ ਮਿਊਜ਼ਿਕ ਸਿਸਟਮ ਦੋ ਹੀ ਤਿਆਰ ਕੀਤੇ ਸੀ ਆਪਾਂ, ਮਹਿੰਦਰਾ ਅਤੇ ਨਾਟ 11 ਵਾਸਤੇ। ਇੰਦਾ ਕੋਈ ਆ ਤਾਂ ਪਤਾ ਹੀ ਨਹੀਂ ਸੀ ਵੀ ਉਹ ਵੀ ਬਣਾਉਣਾ ਪੈ ਜੂ ਐਮਰਜੈਂਸੀ 'ਚ। ਚਲੋ ਕੋਈ ਨਹੀਂ, ਉਹ ਤਾਂ ਸ਼ੁਕਰ ਆਪਣੇ ਕੋਲ ਇਸ ਦਾ ਮਾਡਲ ਪਿਆ ਸੀਗਾ ਮੌਕੇ 'ਤੇ, ਹੁਣ ਸਾਰੇ ਮਾਡਲ ਖਤਮ ਹੋ ਗਏ ਨੇ, ਮੈਂ ਔਡਰ ਕਰਦਾ ਨਵੇਂ ਮਾਡਲ, ਐਮਰਜੈਂਸੀ 'ਚ ਮਾਡਲ ਹੋਣੇ ਚਾਹੀਦੇ ਨੇ ਕੋਲ। ਚਲੋ ਕੋਈ ਨਹੀਂ, ਦੇਖ ਲੈਣਾ ਪਹਿਲਾਂ ਤਾਂ ਮੈਂ ਇਹਨੂੰ ਰੈਡੀ ਕਰਾਂ ਛੇਤੀ ਛੇਤੀ। ਲਓ ਵੀ ਮੁੰਡਿਓ, ਸੀਨ ਇੱਦਾਂ ਕਿ ਪੂਰੀ ਰਾਤ ਮੱਥਾ ਮਾਰਨ ਤੋਂ ਬਾਅਦ ਫਾਈਨਲੀ 1 ਵਜੇ ਤੋਂ ਪਹਿਲਾਂ ਆਪਾਂ ਟਰੈਕਟਰ ਕਰਤਾ ਰੈਡੀ, ਠੀਕ ਹੈ। ਅਤੇ ਬਸ ਇਹ ਤਾਂ ਮੈਂ ਫਾਈਨਲ ਟੈਸਟਿੰਗ ਕਰਕੇ ਦੇਖਣ ਲਿਆ ਸੀਗਾ, ਓਕੇ ਦੀ ਰਿਪੋਰਟ ਹੈ, ਥਰੋਟਲ ਵੀ ਆ ਜਮਾਂ ਓਕੇ ਆ, ਇੰਨਾ ਥਰੋਟਲ ਹੈਗਾ ਕਿ ਰੇਸ ਦਿੰਦੇ ਆਹ ਟਰੈਕਟਰ ਚੱਕਿਆ ਜਾਂਦਾ। ਬਾਕੀ ਨਿੱਕੇ ਨਿੱਕੇ ਮੋਡੀਫਿਕੇਸ਼ਨ ਇਹਦੇ 'ਚ ਨਹੀਂ ਕੀਤੀਆਂ ਮੈਂ, ਜਿੱਦਾਂ ਸਲੰਸਰ ਹੋ ਗਿਆ, ਬੰਪਰ ਹੋ ਗਿਆ, ਠੀਕ ਹੈ, ਮਿਊਜ਼ਿਕ ਸਿਸਟਮ 'ਚ ਵੀ, ਕਿਉਂਕਿ ਟਰੈਕਟਰ ਦੀ ਡਿਮਾਂਡ ਇੱਦਾਂ ਹੀ ਸੀ ਵੀ ਇੱਦਾਂ ਹੀ ਰੈਡੀ ਕਰਨਾ ਟਰੈਕਟਰ, ਇਸ ਕਰਕੇ ਆਪਾਂ ਇੰਨਾ ਹੀ ਤਿਆਰ ਕੀਤਾ, ਠੀਕ ਹੈ। ਸਟੀਕਰ ਰਹਿ ਗਏ ਸੱਚ ਲਾਉਣ ਵਾਲੇ, ਸਟੀਕਰ ਲਾ ਦੇਣਾ ਮੈਂ, ਨਾਲੇ ਸਾਈਡ ਵਾਲੀਆਂ ਲਾਈਟਾਂ ਰਹਿ ਗਈਆਂ ਨੇ, ਠੀਕ ਹੈ, ਬਾਕੀ ਸਭ ਕੁਝ ਓਕੇ ਦੀ ਰਿਪੋਰਟ ਹੈ। ਅਤੇ ਬਸ ਇਹਨੂੰ ਪੈਕ ਕਰਕੇ ਅਤੇ ਛੇਤੀ ਛੇਤੀ ਕੁਰੀਅਰ ਕਰਕੇ ਆਉਣਾ, ਠੀਕ ਹੈ। ਉਸ ਦੇ ਨਾਲ ਇੱਧਰ ਜਿਹੜੇ ਟਰੈਕਟਰ ਨੇ 9-11 ਆ ਵੀ ਤੁਸੀਂ ਰੈਡੀ ਮੰਨ ਕੇ ਚੱਲੋ, ਬਸ ਆਲਮੋਸਟ ਰੈਡੀ ਹੋ ਗਿਆ, 90% ਕੰਮ ਡਨ ਹੋ ਗਿਆ ਇਹਦੇ 'ਤੇ ਵੀ, ਠੀਕ ਹੈ। ਮਹਿੰਦਰਾ ਜਿਹੜਾ ਉਹ ਵੀ ਇੱਕ ਹਿਸਾਬ ਦਾ ਰੈਡੀ ਆ, ਬਸ ਪੇਂਟ 'ਚ ਜਿਹੜਾ ਟਾਈਮ ਜਾਊਗਾ, ਅੱਜ ਦਾ ਦਿਨ ਜਾਊਗਾ, ਅੱਜ ਦਾ ਦਿਨ ਤਾਂ ਲਗਭਗ ਲੰਘ ਹੀ ਗਿਆ, 1 ਵੱਜ ਗਿਆ। ਅਤੇ ਬਾਕੀ ਚਲੋ ਮੈਂ ਕੋਸ਼ਿਸ਼ ਕਰਦਾ ਵਾਂ ਕਿ ਇਹਨੂੰ ਖੋਲ੍ਹ ਕੇ ਨਾ ਪੇਂਟ ਵਗੈਰਾ ਕਰ ਦਈਏ ਸਾਰੇ ਨੂੰ, ਉਹਦੀ ਵੀਡੀਓ ਸ਼ੂਟ ਕਰਨੀ ਹੈ ਤਾਂ ਮੈਂ ਹਜੇ ਜਿੱਦਾਂ ਪੰਗਾ ਨਹੀਂ ਲਿਆ ਇਹਦਾ, ਇਸ ਕਰਕੇ ਮੈਨੂੰ ਇਸ ਪਹਿਲਾਂ ਆਹ ਤਿਆਰ ਕਰਦਾ ਮੈਂ, ਕਿਉਂਕਿ ਇਹ ਕੁਰੀਅਰ ਕਰਨਾ ਜ਼ਰੂਰੀ ਹੈ, ਠੀਕ ਹੈ। ਚਲੋ ਇਹਨੂੰ ਕਰਕੇ ਫਾਈਨਲ ਸੈੱਟ, ਅਤੇ ਫਿਰ ਆਪਾਂ ਕਰਾਂਗੇ ਇੱਧਰ ਕੰਮ। ਕੁਰੀਅਰ ਤਾਂ ਮੈਂ ਦੇਖਦਾ ਮਿੱਖੇ ਨੂੰ ਭੇਜ ਦਾਂਗਾ, ਉਹ ਕੁਰੀਅਰ ਕਰ ਆਊਗਾ, ਕਿਉਂਕਿ ਜੇ ਹੁਣ ਦੋਵੇਂ ਕੁਰੀਅਰ ਕਰਨ ਜਾਵਾਂਗੇ ਤਾਂ ਫਿਰ ਉਹਨਾਂ 'ਤੇ ਕੰਮ ਰਹਿ ਜਾਣਾ, ਇਸ ਕਰਕੇ ਆਪਾਂ ਛੇਤੀ 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 ਬਸ ਕਰਨਾ ਕੰਮ, ਠੀਕ ਹੈ। ਸਾਰਾ ਕੁਛ ਪਾ ਦੇਣਾ, ਚਾਰਜਰ, ਰਿਮੋਟ, ਟਰੈਕਟਰ, ਚਾਰਜਰ, ਓਕੇ ਦੀ ਰਿਪੋਰਟ ਪੈਕਿੰਗ ਹੋ ਚੁੱਕੀ ਹੈ, ਹੋ ਚੁੱਕੀ ਮਤਲਬ ਹੋਣ ਦਈ ਹੈ। ਲਓ ਵੀ ਮੁੰਡਿਓ, ਸੀਨ ਇੱਦਾਂ ਹੈ, ਪੱਖਾ ਇੱਕ ਵਾਰੀ ਬੰਦ ਕਰ ਦਈਏ, ਅਤੇ ਟਰੈਕਟਰ ਆਪਣਾ ਰਵਾਨਾ ਹੋ ਚੁੱਕਿਆ 9-11, ਡਨ ਕਰਕੇ ਕੁਰੀਅਰ ਕਰਤਾ, ਠੀਕ ਹੈ। ਅਤੇ ਹੁਣ ਆਪਾਂ ਕੰਮ ਕਰਦੇ ਹਾਂ ਆਪਣੇ ਆਹ 2 ਟਰੈਕਟਰਾਂ ਦੇ, ਮਹਿੰਦਰਾ ਅਤੇ ਆਹ 9-11, ਇਹ ਵੀ ਕੱਲ੍ਹ ਆਪਾਂ ਕੁਰੀਅਰ ਕਰਨਾ ਅੱਜ ਰਾਤ ਤਿਆਰ ਕਰਕੇ, ਠੀਕ ਹੈ। ਅਤੇ ਬਾਹਰ ਸ਼ੂਟਿੰਗ ਵਾਲਾ ਪਲਾਨ ਅੱਜ ਦਾ ਵੀ ਪੈਂਡਿੰਗ ਹੀ ਰਹਿ ਗਿਆ, ਅਤੇ ਬਾਕੀ ਜਿਹੜਾ ਆਪਾਂ ਸ਼ੂਟ ਕਰਨਾ ਸੀ ਸੋਚਿਆ ਸੀਗਾ ਇਸ ਵਰਸੀ ਜੇ ਟੋਚਨ ਕਰਾਵਾਂਗੇ, ਉਹ ਵਿੱਚ ਹੀ ਰਹਿ ਗਿਆ ਕੰਮ, ਕਿਉਂਕਿ ਇੱਕ ਕੇਸ ਅੱਜ ਤੁਰ ਗਿਆ। ਹੁਣ ਜਿਹੜਾ ਆਪਾਂ 9-11 ਬਣਾਇਆ ਉਹ ਸੇਸ ਦਾ ਹੀ ਬਣਾਇਆ ਸੀ,
ਤੇ ਦੇਖਦੇ ਹਾਂ, ਚਲੋ ਹੋਰ ਇਸ ਮੈਂ ਆਰਡਰ ਕਰ ਦੇਣਾ, ਇਸ 'ਤੇ ਬਣਾਵਾਂਗੇ ਇੱਕ ਦੋ ਹੋਰ ਆਪਾਂ। ਉਹਦਾ ਐਮਰਜੈਂਸੀ 'ਚ ਬਣਾਉਣਾ ਪਿਆ, ਵੀ ਹੋਰ ਕੋਈ ਆਪਸ਼ਨ ਹੈ ਨਹੀਂ ਸੀ ਆਪਣੇ ਕੋਲ। ਚਲੋ ਕੋਈ ਚੱਕਰ ਨਹੀਂ, ਫਿਲਹਾਲ ਪੇਂਟ ਵਾਲਾ ਕੰਮ ਕਰਦਾ ਮੈਂ ਇਹਦੇ 'ਤੇ। ਲਓ ਵੀ ਮੁੰਡਿਓ, ਆਹ ਦੇਖੋ ਸੀਨ ਇੱਦਾਂ ਹੈ ਕਿ ਕਹਿੰਦਾ ਮੈਂ ਪ੍ਰੋਫੈਸ਼ਨਲ ਫੋਟੋਗ੍ਰਾਫਰ ਹਾਂ ਅਤੇ ਮੈਂ ਤੁਹਾਨੂੰ ਫੋਟੋ ਖਿੱਚ ਕੇ ਵਿਖਾਉਂਦਾ। ਸਟੋਕ ਆ ਗਿਆ ਆਪਣੇ ਕੋਲ ਛਤਰੀਆਂ ਦਾ, ਅਤੇ ਮੈਂ ਕਿਹਾ ਵੀ ਕੈਟਲੋਗ 'ਚ ਐਡ ਕਰ ਦੇ। ਉਹ ਇਹ ਕਿਸੇ ਢੰਗ ਤਰ੍ਹਾਂ ਖਿੱਚਣੀ, ਕੀ ਕਰਨ ਆ ਛਤਰੀਆਂ। ਜਿਹਨੇ ਵੀ ਆਰਡਰ ਕਰਨੀ ਆ ਭਾਈ, ਆਰਡਰ ਕਰ ਸਕਦਾ, ਠੀਕ ਹੈ। ਮਹਿੰਦਰੇ ਨੂੰ ਪੇਂਟ ਹੋ ਰਿਹਾ, ਯੂਕੇ ਤੋਂ ਪੇਂਟਰ ਮੰਗਾਇਆ ਆਪਾਂ। ਇਹ ਕੀ ਸੀਗਾ, ਵਾਟ ਇਜ਼ ਦਿਸ? ਐਕਸਪੈਰੀਮੈਂਟ ਕਰਨ ਦਾ ਇਹਨੇ, ਤੇ ਨਾ ਗੜਬੜ ਕਰਨਗੇ। ਕੀ ਕਰਨੇ ਆ ਤੈਨੂੰ, ਮੈਂ ਪਤਲੀ ਲੇਅਰ ਬਸ ਯਾਰ, ਉਹ ਨਾ ਤੂੰ ਹੀ ਕਰਨਾ ਚਾਹ ਪੂਰਾ। ਬੰਪਰ ਬੰਪਰ ਨਾ 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 ਨਾ, ਥੱਲੋਂ ਮੈਂ ਆਪੇ ਕਰ ਲਵਾਂਗਾ ਬੰਪਰ ਓਨਲੀ, ਥੱਲੋਂ ਆਪੇ ਥੱਲੇ ਲੇਡੀ ਸਾਈਡ ਜਿਹੜਾ ਪੇਂਟ ਕਰਨਾ। ਹਾਂ ਆਹ ਕਰਦੇ, ਆਹ ਕਰਦੇ, ਹਾਂ ਦੇਖਣਾ ਨਹੀਂ ਨਾ, ਕਰਦੇ ਕਰਦੇ ਅੱਖਾਂ ਬੰਦ ਕਰਕੇ ਕਰਦੇ। ਚਸ਼ਮਾ ਲਾ ਲਾ, ਫਸਟ ਲੇਅਰ ਹੈ, ਸੈਕਿੰਡ ਥਰਡ ਲੇਅਰ 'ਚ ਜਾ ਕੇ ਮਹਾਂ ਪੇਂਟ ਹੋਣਾ ਇਹਨੂੰ ਪ੍ਰੋਪਰ। ਲਓ ਵੀ ਮੁੰਡਿਓ, ਸੀਨ ਇੱਦਾਂ ਹੈ ਕਿ ਮਹਿੰਦਰੇ ਦੀ ਬੋਡੀ ਨੂੰ ਪੇਂਟ ਕਰਨਾ ਆ, ਬਾਹਰ ਰੱਖੀ ਹੋਈ ਆ, ਉਹਦੇ ਤੋਂ ਦੋ ਤਿੰਨ ਲੇਅਰਾਂ ਮਾਰਨੀਆਂ ਪੈਣੀਆਂ ਪੇਂਟ ਦੀਆਂ, ਠੀਕ ਹੈ। ਅਤੇ ਉਸ ਦੇ ਨਾਲ ਆਹ ਦੇਖੋ 9-11 ਤਾਂ ਇੱਦਾਂ ਲੱਗਣੀ ਹੁੱਡ, ਇਹਨੂੰ ਕਰ ਦਈਏ ਇੱਕ ਵਾਰੀ ਸਾਈਡ 'ਤੇ, ਅਤੇ ਆਹ ਦੋਵੇਂ ਟਰੈਕਟਰ ਰੇਡੀ ਕਰਨੇ ਨੇ ਵੈਸੇ। ਆਹ ਤਾਂ ਚਲੋ ਰੇਡੀ ਮੰਨ ਕੇ ਚੱਲੋ, ਉਹਨੂੰ ਵੀ ਪੇਂਟ ਹੋ ਗਿਆ, ਉਹ ਵੀ ਰੇਡੀ ਹੋਈ ਹੈ, ਠੀਕ ਹੈ। ਅਤੇ ਹੁਣ ਆਪਾਂ ਨਾ ਆਹ ਪੋਰਸ਼ਨ ਕਰੀਏ ਖਾਲੀ, ਠੀਕ ਹੈ, ਕਿਉਂਕਿ ਆਹ ਜਿਹੜੀਆਂ ਹੁੱਡਾਂ ਨੇ ਨਾ ਇਹ ਸਾਰੀਆਂ ਇੱਥੇ ਰੱਖਾਂਗੇ, ਕਿਉਂਕਿ ਆਹ ਮੇਜ਼ ਖਾਲੀ ਹੋਊਗਾ ਨਾ, ਹੁੱਡਾਂ ਇੱਥੇ ਰੱਖ ਕੇ ਰੀਲਾਂ ਵਗੈਰਾ ਵੀ ਅਜੇ ਸ਼ੂਟ ਕਰਨੀਆਂ ਨੇ, ਕਾਫੀ ਫੋਟੋਆਂ ਵੀ ਖਿੱਚਣੀਆਂ ਨੇ, ਅਤੇ ਇਸ ਕਰਕੇ ਆਹ ਮੇਜ਼ ਆਪਾਂ ਨੂੰ ਖਾਲੀ ਕਰਨਾ ਪੈਣਾ। ਹੁਣ ਟਰੈਕਟਰ ਮੈਂ ਚੱਕਦਾ ਇੱਥੋਂ ਸਾਰੇ, ਠੀਕ ਆ, ਕਬੋਟਾ ਵੀ ਇੱਕ ਵਾਰੀ ਚੱਕ ਦੇਣਾ, ਆਹ ਥਾਂ ਥੋੜ੍ਹਾ ਜਿਹਾ ਕਰ ਲਈਏ ਸਾਫ਼, ਅਤੇ ਬਾਕੀ ਇਹ ਜਗ੍ਹਾ ਥੋੜ੍ਹੀ ਜਿਹੀ ਖੁੱਲ੍ਹੀ ਕਰਨੀ ਹੈ। ਲਓ ਵੀ ਮੁੰਡਿਓ, ਆਹ ਦੇਖੋ ਤੁਸੀਂ, ਕਰੋ ਚੈੱਕ ਸੀਨ, ਮੇਜ਼ ਕਰਤਾ ਆਪਾਂ ਸਾਫ਼, ਅਤੇ ਆਹ ਜਿਹੜਾ ਪੋਰਸ਼ਨ ਹਜੇ ਖਾਲੀ ਨਹੀਂ ਕੀਤਾ, ਪਰ ਨਾ ਜਲਦੀ ਹੋਈ ਕਰਾਂਗਾ ਖਾਲੀ, ਇਹਦਾ ਹੱਲ ਮੈਂ ਕਰਦਾ ਵਾਂ, ਠੀਕ ਹੈ। ਅਤੇ ਆਹ ਦੇਖ ਲਓ, ਛਤਰੀਆਂ ਹੀ ਛਤਰੀਆਂ ਹੋਈਆਂ ਪਈਆਂ ਨੇ, ਅਤੇ ਆਪਣਾ ਜਿਹੜਾ ਮਹਿੰਦਰਾ ਟਰੈਕਟਰ ਹੈ ਉਹਦੀ ਬੋਡੀ ਨੂੰ ਫਸਟ ਲੇਅਰ ਮਾਰਤੀ ਸੀ ਪੇਂਟ ਦੀ, ਅਤੇ ਮੈਨੂੰ ਲੱਗਦਾ ਕਿ ਇੱਕ ਲੇਅਰ ਹੋਰ ਮਾਰਨੀ ਪੈਣੀ ਹੈ। ਕੁਛ ਕੁ ਥਾਵਾਂ ਨੇ ਇੱਦਾਂ ਦੀਆਂ ਜਿੱਥੇ ਥੋੜ੍ਹਾ ਜਿਹਾ ਮਾਰਨਾ ਪੈਣਾ ਪੇਂਟ, ਬਾਕੀ ਸਭ ਓਕੇ ਆ, ਠੀਕ ਹੈ। ਅਤੇ ਉਸ ਦੇ ਨਾਲ ਆਹ ਜਿਹੜਾ ਆਪਣਾ 9-11 ਹੈ, ਇਹ ਆਪਣਾ ਹੋ ਗਿਆ ਰੇਡੀ, ਠੀਕ ਹੈ। ਵੈਸੇ ਤਾਂ ਰੇਡੀ ਸੀ, ਬਸ ਛਤਰੀ ਨਹੀਂ ਸੀ ਲੱਗੀ ਹੋਈ, ਛਤਰੀਆਂ ਆ ਗਈਆਂ ਨੇ, ਇਸ ਕਰਕੇ ਫਿਟਿੰਗ ਕਰਤੀ ਇਹਦੇ 'ਤੇ, ਅਤੇ ਜਮਾਂ ਓਕੇ ਆ। ਦੇਖੋ ਕੱਲ੍ਹ ਜਾਂ ਪਰਸੋਂ ਤੱਕ ਇਹ ਟਰੈਕਟਰ ਵੀ ਤੁਰ ਜੂਗਾ, ਠੀਕ ਹੈ। ਅਤੇ ਉਸ ਦੇ ਨਾਲ ਇੱਧਰ ਰਿਪੋਰਟ ਇੱਦਾਂ ਹੈ ਕਿ ਆਪਣੇ ਕੋਲ ਮੌਕੇ 'ਤੇ ਆ ਇੱਕ ਏਸ ਟਰੈਕਟਰ ਬਚਿਆ ਬਸ, ਅਤੇ ਇਹਨੂੰ ਕਰ ਦਿੰਦੇ ਹਾਂ ਸੈੱਟ ਆਪਾਂ, ਹਜੇ ਤਾਂ ਨਹੀਂ ਕਰਦੇ, ਸਵੇਰੇ ਦੇਖਦੇ ਹਾਂ, ਸਵੇਰੇ ਕਰ ਦਿੰਦੇ ਇਹਦੇ 'ਤੇ ਫਿਟਿੰਗ, ਸਭ ਕੁਛ ਓਕੇ, ਠੀਕ ਹੈ, ਇਹਨੂੰ ਰੈਡੀ ਕਰ ਦਿੰਦੇ ਹਾਂ। ਉਸ ਦੇ ਨਾਲ ਇੱਧਰ ਸਵਰਾਜ 'ਤੇ ਕੰਮ ਚੱਲਣ ਦਿਆ, ਨਵੇਂ ਸਵਰਾਜ ਜਿਹੜੇ ਰਿਮੋਟ ਕੰਟਰੋਲ ਕਰਨ ਦਿਆਂ ਮੈਂ, ਅਤੇ ਇੱਕ ਆਹ ਸਵਰਾਜ ਦੇਖੋ ਆਪਣਾ ਪੁਰਾਣਾ ਟੈਸਟਿੰਗ ਵਾਲਾ, ਇਹਦੇ ਵਿੱਚ ਇੱਕ ਤਾਂ ਸੈਂਟਰ ਪਿੰਨ ਚੇਂਜ ਕਰਤੀ ਮੈਂ, ਪਲੱਸ ਫਰੰਟ 'ਤੇ ਲਾਤਾ ਬੰਪਰ ਫੁੱਲ ਹੈਵੀ, ਠੀਕ ਹੈ, ਜਮਾਂ ਓਕੇ ਦੀ ਰਿਪੋਰਟ ਹੈ, ਐਂ ਜਮਾਂ ਸੈੱਟ ਹੈ ਕੰਮ। ਅਤੇ ਬਸ ਇਸੇ ਤਰੀਕੇ ਨਾਲ ਹੀ ਜਿੰਨੇ ਸਵਰਾਜ ਰਹਿ ਗਏ ਨੇ, 1-2-3 ਸਵਰਾਜ ਰਹਿ ਗਏ ਨੇ, ਇਹਨਾਂ ਨੂੰ ਵੀ ਕਰਕੇ ਰੇਡੀ, ਅਤੇ ਸਵੇਰੇ ਮੈਂ ਇਸ ਟਰੈਕਟਰ ਹੋਰ, ਠੀਕ ਹੈ, ਅਤੇ ਸਵੇਰੇ ਨਾ ਇੱਕ ਵਾਰੀ ਇਸ ਟਰੈਕਟਰ ਮੰਗਾ ਲੈਂਦਾ ਮੈਂ 10 ਕੁ ਪੀਸ, ਮਾਡਲ ਸਾਰੇ ਲੈ ਕੇ ਆਉਣੇ ਨੇ, ਪਰ ਨਾ ਉਹ ਥੋੜ੍ਹਾ ਚਿਰ ਰੁਕ ਕੇ ਲਿਆਵਾਂਗੇ ਆਪਾਂ, ਠੀਕ ਹੈ। ਨਿਊ ਹੋਲੈਂਡ ਹੋ ਗਿਆ, ਪ੍ਰੀਤ, ਅਰਜਨ ਸਾਰੇ ਟਰੈਕਟਰ ਆਉਣਗੇ, ਪਰ ਥੋੜ੍ਹਾ ਚਿਰ ਰੁਕ ਕੇ,
ਮੌਕੇ ਤੇ ਇੱਕ ਵਾਰੀ ਆ ਸਟੋਕ ਕੱਢ ਲਈਏ ਆਪਾਂ, ਤੇ ਬਾਕੀ ਹੁੱਡ ਦਾ ਸਟੋਕ ਆ ਗਿਆ ਜਿਹੜੇ ਜਿਹੜੇ ਵੀਰ ਨੇ ਬਾਏ ਕਰਨੀ ਹੈ, ਠੀਕ ਹੈ, ਮੈਂ ਵਟਸਐਪ ਨੰਬਰ ਦੇ ਦਾਂਗਾ ਇੱਥੇ, ਤੇ ਤੁਸੀਂ ਜਾ ਕੇ ਬਾਏ ਕਰ ਸਕਦੇ ਹੋ, ਠੀਕ ਹੈ, ਆਰਡਰ ਕਰ ਲਿਓ। ਉਸ ਦੇ ਨਾਲ ਟਰਾਲੀਆਂ ਦਾ ਸੀਨ, ਓਕੇ ਆ ਵੈਸੇ ਤਾਂ, ਟਰਾਲੀਆਂ ਲਗਭਗ ਜਿੰਨੀਆਂ ਖੜੀਆਂ ਸਾਰੀਆਂ ਸੇਲ ਨੇ। ਦੋ ਟਰਾਲੀਆਂ ਤਾਂ ਆਪਣੇ ਇਹਨਾਂ ਟਰੇਟਰਾਂ ਨਾਲ ਹੀ ਜਾਣੀਆਂ ਨੇ, ਕਿੱਧਰ ਗਿਆ ਇੱਕ, ਆ ਸੱਚ ਆਪਣਾ ਇੱਕ ਨਾਟਕ ਰਾਹ ਖੜਾ, ਮੈਂ ਟੈਸਟਿੰਗ ਕਰਨ ਦਿਆ ਸੀ, ਇਹ ਵੀ ਰੇਡੀ ਹੈ, ਇਹਦੇ ਵਿੱਚ ਮੈਂ ਓਕੇ ਦੀ ਰਿਪੋਰਟ ਹੈ, ਇਹ ਤਾਂ ਹੋ ਗਿਆ ਰੇਡੀ, ਇੱਕ ਮਹਿੰਦਰਾ ਰਹਿ ਗਿਆ, ਸਵੇਰੇ ਦੇਖਦਾ ਜੇ ਸਵੇਰੇ ਵੀ ਰੇਡੀ ਹੋ ਗਿਆ ਨਾ ਤਾਂ ਸਵੇਰੇ ਦੋਵੇਂ ਕੁਰੀਅਰ ਕਰ ਦਾਂਗੇ, ਠੀਕ ਹੈ। ਦੋਵੇਂ ਟਰੇਟਰਾਂ ਨਾਲ ਦੋ ਟਰਾਲੀਆਂ ਜਾਣੀਆਂ ਨੇ ਬਿਨਾਂ ਪੰਪ ਤੋਂ, ਅਤੇ ਦੋ ਟਰਾਲੀਆਂ ਤਾਂ ਤੁਰ ਗਈਆਂ ਮਗਰ ਦੋ ਹੀ ਰਹਿ ਜਾਣੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਹੁਣ ਅੱਗੇ ਜਿਹੜੀਆਂ ਟਰਾਲੀਆਂ ਬਣਾਉਣੀਆਂ ਨੇ ਨਾ, ਉਹਨਾਂ ਦੇ ਵਿੱਚ ਮੈਂ ਇੱਦਾਂ ਕਰਨਿਆ ਵਾਂ ਕਿ ਸਿੰਪਲ ਟਰਾਲੀਆਂ ਤਾਂ ਐਵੇਂ ਹੀ ਰਹਿਣਗੀਆਂ, ਪਰ ਜਿਹੜੀਆਂ ਪੰਪ ਵਾਲੀਆਂ ਟਰਾਲੀਆਂ ਨੇ ਉਹ ਆਪਾਂ ਅਪਗ੍ਰੇਡ ਕਰਨ ਲੱਗੇ ਹਾਂ। ਉਹਦੇ ਵਿੱਚ ਇੱਕ ਤਾਂ ਡਬਲ ਟਾਇਰ ਲਾਵਾਂਗੇ, ਠੀਕ ਹੈ, ਸਾਈਜ਼ 'ਚ ਮੈਂ ਦੇਖਾਂਗਾ ਜੇ ਥੋੜ੍ਹੇ ਜਿਹੇ ਚੇਂਜ ਕਰਨੇ ਹੋਏ, ਵੈਸੇ ਸਾਈਜ਼ ਤਾਂ ਬਿਲਕੁਲ ਓਕੇ ਆ, ਅਤੇ ਹੋ ਸਕਦਾ ਮੈਂ ਇਕੱਲਾ ਹਿੱਸਾ ਡਬਲ ਕਰਾਂ, ਠੀਕ ਹੈ। ਅਤੇ ਆਉਣ ਵਾਲੇ ਟਾਈਮ 'ਚ ਮੈਂ ਇੱਕ ਟਰਾਲਾ ਹੋਰ ਸੋਚਣ ਦਿਆਂ ਬਣਾਉਣ ਦਾ, ਜਿਹੜਾ ਕਿ ਸਪੈਸ਼ਲ ਡਿਮਾਂਡ 'ਤੇ ਬਣੂ ਕਰੂਗਾ, ਜਿੱਦਾਂ ਨੋਰਮਲ ਆ ਟਰਾਲੀ, ਨੋਰਮਲ ਆ ਇੱਕ 32 ਫੁੱਟ ਟਰਾਲਾ ਹੁੰਦਾ ਇਸੇ ਕੈਟੇਗਰੀ 'ਚ, ਠੀਕ ਹੈ, ਕਮ ਸੇ ਕਮ ਇੱਡਾ ਲੰਮਾ ਹੋਊਗਾ ਉਹ, ਯਾਨੀ ਦੋ ਟਰਾਲੀਆਂ ਜੋੜ ਕੇ ਸੈਂਟਰ 'ਚ ਉਹਦੇ ਹਿੱਸੇ ਲੱਗਣਗੇ, ਠੀਕ ਹੈ। ਉਹ ਪ੍ਰਿੰਟ ਹੋਣ 'ਚ ਵੀ ਟਾਈਮ ਲੱਗੂਗਾ, ਬਾਕੀ ਉਹ ਸਪੈਸ਼ਲ ਡਿਮਾਂਡ 'ਤੇ ਬਣੂਗਾ। ਮੈਂ ਇੱਕ ਹੀ ਟਰਾਲਾ ਬਣਾਊਂਗਾ ਆਪਣੇ ਵਾਸਤੇ ਪਰਸਨਲ, ਜੇ ਕਿਸੇ ਨੂੰ ਚਾਹੀਦਾ ਹੋਊਗਾ ਤਾਂ ਉਹ ਸਪੈਸ਼ਲ ਡਿਮਾਂਡ 'ਤੇ ਬਣਵਾ ਲਊਗਾ, ਠੀਕ ਹੈ। ਉਹ ਚਲੋ ਅੱਗੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਪਤਾ ਲੱਗ ਜੂਗਾ ਕੀ ਬਣਦਾ। ਮੌਕੇ 'ਤੇ ਆਪਣਾ ਰਿਮੋਟ ਆ ਰਿਹਾ ਅਤੇ ਨਾਟ 11 ਦੀ ਮੈਂ ਕਰਨ ਦਿਆ ਸੀ ਟੈਸਟਿੰਗ, ਅਤੇ ਮੌਕੇ ਦੀ ਰਿਪੋਰਟ ਹੈ, ਅਤੇ ਮੈਂ ਸਟੀਅਰਿੰਗ ਟੈਸਟ ਕਰਨ ਦਿਆ ਸੀ ਇਹਦਾ। ਓਕੇ ਦੀ ਰਿਪੋਰਟ, ਠੀਕ ਹੈ। ਵੇਟ ਰੱਖਿਆ ਸੀ ਅੱਗੇ ਕਿਉਂਕਿ ਪੱਕਾ ਥਾਂ ਹੈ ਨਾ, ਅਤੇ ਵੇਟ ਤੋਂ ਬਿਨਾਂ ਫਿਰ ਸਹੀ ਢੰਗ ਤਰ੍ਹਾਂ ਕਟਾਈ ਇਹਦੀ ਚੱਲਦੀ ਨਹੀਂ, ਠੀਕ ਹੈ ਵੈਸੇ ਤਾਂ, ਪਰ ਵੀ ਓਨੀ ਗੱਲ ਨਹੀਂ ਬਣਦੀ ਜਿੰਨੀ ਵੇਟ ਰੱਖ ਕੇ ਬਣਦੀ ਹੈ। ਬਾਕੀ ਜਮਾਂ ਓਕੇ ਦੀ ਰਿਪੋਰਟ ਹੈ। ਵੈਸੇ ਤਾਂ ਸਟੇਟਰ ਦੇ ਵਿੱਚ ਪਾਵਰ ਵਾਲਾ ਗੇਅਰ ਬੋਕਸ ਹੈ, ਸਪੀਡ ਵਾਲਾ ਨਹੀਂ ਗਾ, ਪਰ ਜੇ ਮਿਊਜ਼ਿਕ ਸਿਸਟਮ 'ਚ ਠੀਕ ਠਾਕ ਵੇਟ ਰੱਖ ਦਿੰਦੇ ਹਾਂ ਨਾ ਆਪਾਂ, ਅਤੇ ਕਾਫੀ ਸਹੀ ਸਟੰਟੇਜ ਕਰ ਲੈਂਦਾ। ਹਾਲਾਂਕਿ ਪਾਵਰ ਵਾਲਾ ਗੇਅਰ ਬੋਕਸ ਹੈ ਇਸ ਕਰਕੇ ਸਲੋ ਵਰਕ ਕਰਦਾ। ਰਿਪੋਰਟ ਹੈ, ਇਹ ਡਿਪੈਂਡ ਕਰਦਾ ਡਿਮਾਂਡ 'ਤੇ, ਜਦੋਂ ਸਪੀਡ ਵਾਲੇ ਗੇਅਰ ਬੋਕਸ ਦੀ ਡਿਮਾਂਡ ਆ ਜੇ ਸਪੀਡ ਵਾਲਾ ਗੇਅਰ ਬੋਕਸ ਬਣ ਜਾਂਦਾ, ਪਾਵਰ ਵਾਲੇ ਦੀ ਡਿਮਾਂਡ ਆ ਜੇ ਪਾਵਰ ਵਾਲਾ ਬਣ ਜਾਂਦਾ, ਠੀਕ ਹੈ। ਹੁਣ ਮੌਕੇ 'ਤੇ ਪਾਵਰ ਵਾਲਾ ਹੈ ਜਮਾਂ ਓਕੇ ਦੀ ਰਿਪੋਰਟ, ਅਤੇ ਵੇਖਣ 'ਚ ਟਰੇਟਰਾਂ ਨੂੰ ਥੋੜ੍ਹਾ ਅੱਗੋਂ ਚਕੀਚਾ ਲੱਗਣ ਦਿਆ ਹੋਊਗਾ, ਅਤੇ ਇਹ ਰੱਖਿਆ ਹੀ ਮੈਂ ਇੱਦਾਂ ਹੈ ਕਿਉਂਕਿ ਇਹਨੂੰ ਅੱਗੇ ਵੱਡੇ ਮੌਨਸਟਰ ਵਾਲੇ ਟਾਇਰ ਪਏ ਨੇ, ਇਸ ਕਰਕੇ ਅੱਗੋਂ ਥੋੜ੍ਹਾ ਜਿਹਾ ਚੱਕਿਆ ਸੋਹਣਾ ਲੱਗਦਾ ਟਰੇਟਰ। ਬਾਕੀ ਸਭ ਓਕੇ ਦੀ ਰਿਪੋਰਟ ਹੈ, ਪੱਖਾ ਚਲਾ ਲਈਏ, ਗਰਮੀ ਬਹੁਤ ਹੈ। ਅਤੇ ਬਸ ਇਹਦੇ 'ਤੇ ਇੱਕ ਤਾਂ ਮੈਂ ਹੁੱਡ ਕੱਸ ਦੇਣਾ ਵਾਂ, ਦੂਜਾ ਮਿਊਜ਼ਿਕ ਸਿਸਟਮ, ਠੀਕ ਹੈ। ਅਤੇ ਬਸ ਇਹ ਵੀ ਰੇਡੀ ਆ, ਟਰੇਟਰ ਆਪਣਾ ਡਨ ਹੈ, ਅਤੇ ਬਾਅਦ 'ਚ ਇੱਕ ਆ ਰਹਿ ਜੂ ਮਹਿੰਦਰਾ, ਇਹ ਆਪਾਂ ਸਵੇਰੇ ਡਨ ਕਰਾਂਗੇ,